ਅੱਜ ਨਹੀਂ ਲੋੜ ਨਹੀਂ ਤੈਨੂੰ, ਮੈਂ ਸਿਰ ਤੇ ਗੱਲ ਹੀ ਕਰਨਾ ਆ। ਤੈਨੂੰ ਮੈਂ ਗੱਲ ਦੱਸਦਾ ਸਾਡੇ ਘਰ ਦੀ। ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਨਾ, ਮੈਂ 12ਵੀਂ 'ਚ ਅਤੇ ਮੇਰੀ ਭੈਣ 10ਵੀਂ 'ਚ, ਅਤੇ ਅਸੀਂ ਸਾਰਾ ਟੱਬਰ ਬੜਾ ਹੱਸ ਖੇਡ ਕੇ ਦਿਨੇ ਗੁਜ਼ਾਰਦਾ ਟਾਈਮ ਅਤੇ ਰਾਤ ਨੂੰ ਜੋ ਸੌਣ ਦਾ ਟਾਈਮ ਹੁੰਦਾ, ਸਾਰਿਆਂ ਨੇ ਮੰਜੇ ਡਾਲਣੇ। ਦਾਦਾ ਦਾਦੀ ਮੰਮੀ ਡੈਡੀ ਮੈਂ ਅਤੇ ਮੇਰੀ ਭੈਣ, ਸਾਰਿਆਂ ਨੂੰ ਪਹਿਲਾਂ ਮੰਜਾ ਹੁੰਦਾ ਸੀ ਮੇਰਾ, ਪੱਖੇ ਮੂਹਰੇ। ਸ਼ਾਇਦ ਤੈਨੂੰ ਯਾਦ ਹੋਵੇ ਪੁਰਾਣਾ ਟਾਈਮ ਗਰਮੀਆਂ ਦਾ, ਪੱਖੇ ਮੂਹਰੇ ਪੈਣ ਦਾ ਕਿੰਨਾ ਚੌਸ ਹੁੰਦਾ ਸੀ। ਅਤੇ ਜਦੋਂ ਰਾਤ ਦਾ ਟਾਈਮ ਆਉਣਾ, ਸਾਰਿਆਂ ਨੇ ਲਾਈਟਾਂ ਬੰਦ ਕਰ ਦੇਣੀ, ਮੰਮੀ ਨੇ ਆਵਾਜ਼ ਮਾਰਨੀ ਕਿ ਸੈਮੀ ਬਾਹਰਲਾ ਗੇਟ ਖੁੱਲ੍ਹਾ ਰਹਿ ਗਿਆ ਜਾਂ ਭੱਜ ਕੇ ਲਾ ਗਿਆ, ਤਾਂ ਮੈਂ ਮਚਲਾ ਜਿਹਾ ਬਣ ਕੇ ਪੈ ਜਾਣਾ ਕਿ ਮੰਮੀ ਨੂੰ ਲੱਗੇ ਕਿ ਮੈਂ ਸੌ ਗਿਆ। ਫਿਰ ਮੰਮੀ ਨੇ ਆਵਾਜ਼ ਮਾਰਨੀ ਭੈਣ, ਅਤੇ ਕੁੜੀਏ ਜਾਂ ਗੇਟ ਬੰਦ ਕਰ ਗਿਆ। ਮੇਰੀ ਭੈਣ ਨੇ ਪਤਾ ਕੀ ਕਹਿਣਾ ਉਸ ਟਾਈਮ? ਮੇਰੀ ਮੈਂ ਭੈਣ ਨੇ ਕਹਿਣਾ, ਮੰਮੀ ਹਨੇਰਾ ਮੈਨੂੰ ਡਰ ਲੱਗਦਾ, ਮੈਂ ਨਹੀਂ ਜਾਣਾ ਗੇਟ ਬੰਦ ਕਰ। ਜਿਹੜੀ ਭੈਣ ਨੂੰ ਉਸ ਟਾਈਮ ਡਰ ਲੱਗਦਾ ਹੁੰਦਾ ਸੀ ਨਾ, ਅੱਜ ਉਹ ਰਾਤ ਨੂੰ ਕੰਧਾਂ ਟੱਪਣ ਲਈ ਤਿਆਰ ਹੋ ਗਈ, ਤੇਰੇ ਨਾਲ ਭੱਜਣ ਨੂੰ ਤਿਆਰ ਹੋ ਗਈ। ਜਿਹਨੂੰ ਆਪਣੇ ਪਰਿਵਾਰ ਦਾ ਖੌਫ ਨਹੀਂ ਆਇਆ। ਤੈਨੂੰ ਪਤਾ ਮੇਰੇ ਪਿਓ ਦੀ ਕਿੰਨੀ ਇੱਜ਼ਤ ਆ ਪਿੰਡ ਦੇ ਵਿੱਚ? ਪਿੰਡ ਦੇ ਲੋਕ ਉਸ ਤੋਂ ਸਲਾਹ ਲੈਂਦੇ ਨੇ ਕਿ ਅਸੀਂ ਕੀ ਕੰਮ ਕਰੀਏ ਕੀ ਨਾ ਕਰੀਏ। ਅਤੇ ਜਦ ਕੱਲ੍ਹ ਨੂੰ ਪਿੰਡ ਦੇ ਵਿੱਚ ਗੱਲ ਫੈਲੀ ਨਾ ਕਿ ਕਿਉਂ ਵੀ ਹਰਬੰਸ ਆ ਤੇਰੀ ਧੀ ਭੱਜ ਗਈ, ਬੜੀਆਂ ਸਲਾਹ ਦਿੰਦਾ ਹੁੰਦਾ ਸੀ, ਤੂੰ ਸੋਚ ਉਸ ਟਾਈਮ ਮੇਰੇ ਪਿਓ ਦੀ ਇੱਜ਼ਤ ਕੀ ਰਹੂਗੀ, ਕੀ ਉਸਦੀ ਪੱਗ ਉਦਾਂ ਹੀ ਰਹੂਗੀ। ਮੈਨੂੰ ਲੱਗਦਾ ਸ਼ਾਇਦ ਤੇਰੇ ਕੋਈ ਭੈਣ ਨਹੀਂ, ਮਾਪਿਆਂ ਦਾ ਇਕੱਲਾ ਹੀ ਪੁੱਤ ਆ। ਮੇਰੀ ਭੈਣ ਨੇ ਤਾਂ ਗਹਿਣੇ ਵੀ ਇਕੱਠੇ ਕਰ ਲਏ ਹੋਣੇ ਨੇ ਰਾਤ ਨੂੰ ਭੱਜਣ ਦੇ ਲਈ। ਸ਼ਾਇਦ ਤੈਨੂੰ ਕਹਿਤਾ ਹੋਵੇ ਜੋ ਹੱਥ ਸਮਾਨ ਆਉਂਦਾ ਸਾਰਾ ਚੱਕ ਲਾ, ਪਰ ਇੱਕ ਗੱਲ ਯਾਦ ਰੱਖੀ, ਹਿਸਟਰੀ ਹਮੇਸ਼ਾ ਰਿਪੀਟ ਕਰਦੀ ਆ। ਮੈਂ ਦੁਆ ਕਰੂੰਗਾ ਕਿ ਤੇਰੇ ਵੀ ਧੀ ਹੋਵੇ ਅਤੇ ਉਹ ਵੀ ਬੱਚੇ, ਫਿਰ ਤੈਨੂੰ ਇਸ ਦੁੱਖ ਦਾ ਅਹਿਸਾਸ ਹੋਊਗਾ। ਕੀ ਗੱਲ ਹੋ ਗਿਆ, ਅੱਖਾਂ ਕਿਉਂ ਝੁੱਕ ਗਈਆਂ ਤੇਰੀ? ਬਹੁਤ ਚੰਗਾ ਕੰਮ ਕਰਨ ਜਾ ਰਿਹਾ ਨਾ, ਮੇਰੀ ਭੈਣ ਨੂੰ ਭੀਆ ਖੇਲ ਜਾ ਰਿਹਾ ਨਾ, ਬਹੁਤ ਚੰਗਾ ਕੰਮ ਕਰਨ ਜਾ ਰਿਹਾ। ਮੈਂ ਨਹੀਂ ਕਹਿੰਦਾ ਪਿਆਰ ਕਰਨਾ ਗੁਨਾਹ ਵਾ, ਪਰ ਜਿਹੜੇ ਰਸਤੇ ਤੁਸੀਂ ਅਪਣਾਉਂਦੇ ਹੋ ਨਾ, ਰੱਬ ਤੁਹਾਨੂੰ ਕਦੇ ਮਾਫ਼ ਨਹੀਂ ਕਰੂ।